ਵਧੀਆ ਹੋ ਗਿਆ, ਜ਼ਿਮੀਂਦਾਰਾਂ ਨੂੰ ਵੀ ਵਧੀਆ ਹੋ ਗਿਆ, ਆਮ ਪਬਲਿਕ ਨੂੰ ਵਧੀਆ ਹੋ ਗਿਆ। ਬਹੁਤ ਗਰਮੀ ਪੈ ਰਹੀ ਸੀ, ਇੰਨੀ ਬਾਰਿਸ਼ ਨਾਲ ਕੋਈ ਗਰਮੀ ਤੋਂ ਰਾਹਤ ਮਿਲਦੀ? ਪਹਿਲੀ ਬਾਰਿਸ਼ ਹੀ ਹੈ ਜੀ। ਅੱਛਾ, ਪਹਿਲਾਂ ਆਈ ਨਹੀਂ ਬਾਰਿਸ਼? ਪਹਿਲਾਂ ਸਟਾਰਟਿੰਗ ਤੋਂ ਕੋਈ ਇੱਕ ਆਈ ਸੀ, ਪਰ ਕੋਈ ਬਾਰਿਸ਼ ਹੈ ਵੀ, ਕੋਈ ਬਾਰਿਸ਼ ਵਾਲੀ ਗੱਲ ਨਹੀਂ ਹੈਗੀ, ਠੀਕ ਠਾਕ ਜੀ ਹੈ, ਕੋਈ ਬਾਰਿਸ਼ ਵਾਲੀ ਨਹੀਂ। ਪਰ ਚਲੋ ਇੰਨੇ ਨਾਲ ਵੀ ਕਾਫੀ ਫਰਕ ਪੈ ਗਿਆ, ਹੋ ਗਈ 15-20 ਮਿੰਟ ਹੋ ਗਏ, ਬਹੁਤ ਰਾਹਤ ਇੰਨੇ ਨਾਲ ਹੀ ਬਹੁਤ ਹੈ। ਜ਼ਿਮੀਂਦਾਰ ਨੂੰ ਬਹੁਤ ਫਰਕ ਪੈ ਜਾਣਾ, ਜਦੋਂ ਬਹੁਤ ਫਾਇਦਾ ਹੋਣਾ ਹੈ, ਕਿਉਂਕਿ ਗਰਮੀ ਬਹੁਤ ਜ਼ਿਆਦਾ ਸੀ। ਆਮ ਪਬਲਿਕ ਨੂੰ ਵੀ ਇਹਦਾ ਫਾਇਦਾ, ਜ਼ਿਮੀਂਦਾਰ ਨੂੰ ਵੀ ਫਾਇਦਾ। ਗਰਮੀ ਬਹੁਤ ਜ਼ਿਆਦਾ ਸੀ, ਬਹੁਤ ਔਖਾ ਸੀ, ਗਰਮੀ ਬਹੁਤ ਵਧੀਆ ਹੋ ਗਿਆ, ਪਰਮਾਤਮਾ ਨੇ ਸਾਂਭੀ, ਇੰਨੀ ਕੁ ਬਾਰਿਸ਼ ਹੋ ਗਈ, ਬਹੁਤ ਵਧੀਆ ਹੋ ਗਿਆ। ਬਸ ਆਹੀ ਹੈ ਵੀ ਅੱਗੇ ਵੀ ਬਾਰਿਸ਼ ਸਟਾਰਟ ਹੋ ਗਈ ਤਾਂ ਪਾਊਗਾ, ਬਾਰਿਸ਼ ਤਾਂ ਫਾਇਦਾ ਹੀ ਹੈ, ਤਾਂ ਜ਼ਿਮੀਂਦਾਰ ਨੂੰ ਵੀ ਫਾਇਦਾ ਹੀ ਹੈ। ਪਰ ਜ਼ਿਆਦਾ ਬਾਰਿਸ਼ ਹੀ ਵੈਸੇ ਤਾਂ ਨੁਕਸਾਨਦਾਇਕ ਹੀ ਹੈ, ਪਰ ਚਲੋ ਇੱਥੇ ਕੋਈ ਜੀ ਗੱਲ ਨਹੀਂ ਹੈਗੀ, ਬਹੁਤ ਵਧੀਆ ਇੰਨੇ ਨਾਲ, ਬਹੁਤ ਵਧੀਆ ਹੋ ਗਿਆ, ਮੌਸਮ ਤਬਦੀਲੀ ਹੋ ਜਾਊਗੀ। ਬਾਰਿਸ਼ ਵਧੀਆ ਹੀ, ਮੌਸਮ ਅੱਗੇ ਨਾਲ ਠੀਕ ਹੋ ਜਾਊਗਾ, ਗਰਮੀ ਬਹੁਤ ਜ਼ਿਆਦਾ ਪੈ ਰਹੀ ਸੀ। ਅਸੀਂ ਅਕੈਡਮੀ ਚੱਲੇ ਸੀ, ਪਹਿਲਾਂ ਬਹੁਤ ਜ਼ਿਆਦਾ ਗਰਮੀ ਪੈ ਰਹੀ ਸੀ, ਹੁਣ ਕੁਛ ਰਾਹਤ ਮਿਲੂਗੀ ਲੋਕਾਂ ਨੂੰ, ਬਾ ਹੀ ਹੋ ਗਈ 10-15 ਮਿੰਟ ਹੋ ਗਏ, ਗਰਮੀ ਤੋਂ ਰਾਹਤ ਮਿਲੂਗੀ, ਨਾਲੇ ਲੋਕਾਂ ਦੇ ਜਿਵੇਂ ਕਿਸਾਨਾਂ ਨੂੰ ਬਹੁਤ ਫਾਇਦਾ, ਝੋਨਾ ਵਧੀਆ ਚੱਲੂਗਾ ਲੋਕਾਂ ਦੇ। ਵਧੀਆ ਹੋ ਗਿਆ, ਜ਼ਿਮੀਂਦਾਰਾਂ ਨੂੰ ਵੀ ਵਧੀਆ ਹੋ ਗਿਆ, ਆਮ ਪਬਲਿਕ ਨੂੰ ਵਧੀਆ ਹੋ ਗਿਆ। ਬਹੁਤ ਗਰਮੀ ਪੈ ਰਹੀ ਸੀ, ਇੰਨੀ ਬਾਰਿਸ਼ ਨਾਲ ਕੋਈ ਗਰਮੀ ਤੋਂ ਰਾਹਤ ਮਿਲਦੀ? ਪਹਿਲੀ ਬਾਰਿਸ਼ ਹੀ ਹੈ ਜੀ। ਅੱਛਾ, ਪਹਿਲਾਂ ਆਈ ਨਹੀਂ ਬਾਰਿਸ਼? ਪਹਿਲਾਂ ਸਟਾਰਟਿੰਗ ਤੋਂ ਕੋਈ ਇੱਕ ਆਈ ਸੀ, ਪਰ ਕੋਈ ਬਾਰਿਸ਼ ਹੈ ਵੀ, ਕੋਈ ਬਾਰਿਸ਼ ਵਾਲੀ ਗੱਲ ਨਹੀਂ ਹੈਗੀ, ਠੀਕ ਠਾਕ ਜੀ ਹੈ, ਕੋਈ ਬਾਰਿਸ਼ ਵਾਲੀ ਨਹੀਂ। ਪਰ ਚਲੋ ਇੰਨੇ ਨਾਲ ਵੀ ਕਾਫੀ ਫਰਕ ਪੈ ਗਿਆ, ਹੋ ਗਈ 15-20 ਮਿੰਟ ਹੋ ਗਏ, ਨਹੀਂ ਬਹੁਤ ਰਾਹਤ ਇੰਨੇ ਨਾਲ ਹੀ ਬਹੁਤ ਹੈ। ਜ਼ਿਮੀਂਦਾਰ ਨੂੰ ਬਹੁਤ ਫਰਕ ਪੈ ਜਾਣਾ, ਜਦੋਂ ਬਹੁਤ ਫਾਇਦਾ ਹੋਣਾ ਹੈ, ਕਿਉਂਕਿ ਗਰਮੀ ਬਹੁਤ ਜ਼ਿਆਦਾ ਸੀ। ਆਮ ਪਬਲਿਕ ਨੂੰ ਵੀ ਇਹਦਾ ਫਾਇਦਾ, ਜ਼ਿਮੀਂਦਾਰ ਨੂੰ ਵੀ ਫਾਇਦਾ। ਗਰਮੀ ਬਹੁਤ ਜ਼ਿਆਦਾ ਸੀ, ਬਹੁਤ ਔਖਾ ਸੀ, ਗਰਮੀ ਬਹੁਤ ਵਧੀਆ ਹੋ ਗਿਆ, ਪਰਮਾਤਮਾ ਨੇ ਸਾਂਭੀ, ਇੰਨੀ ਕੁ ਬਾਰਿਸ਼ ਹੋ ਗਈ, ਬਹੁਤ ਵਧੀਆ ਹੋ ਗਿਆ। ਬਸ ਆਹੀ ਹੈ ਵੀ ਅੱਗੇ ਵੀ ਬਾਰਿਸ਼ ਸਟਾਰਟ ਹੋ ਗਈ ਤਾਂ ਪਾਊਗਾ, ਬਾਰਿਸ਼ ਤਾਂ ਫਾਇਦਾ ਹੀ ਹੈ, ਤਾਂ ਜ਼ਿਮੀਂਦਾਰ ਨੂੰ ਵੀ ਫਾਇਦਾ ਹੀ ਹੈ। ਪਰ ਜ਼ਿਆਦਾ ਬਾਰਿਸ਼ ਹੀ ਵੈਸੇ ਤਾਂ ਨੁਕਸਾਨਦਾਇਕ ਹੀ ਹੈ, ਪਰ ਚਲੋ ਇੱਥੇ ਕੋਈ ਜੀ ਗੱਲ ਨਹੀਂ ਹੈਗੀ, ਬਹੁਤ ਵਧੀਆ ਇੰਨੇ ਨਾਲ, ਬਹੁਤ ਵਧੀਆ ਹੋ ਜਾਊਗਾ, ਮੌਸਮ ਤਬਦੀਲੀ ਹੋ ਜਾਊਗੀ। ਬਾਰਿਸ਼ ਵਧੀਆ ਹੀ, ਮੌਸਮ ਅੱਗੇ ਨਾਲ ਠੀਕ ਹੋ ਜਾਊਗਾ, ਗਰਮੀ ਬਹੁਤ ਜ਼ਿਆਦਾ ਪੈ ਰਹੀ ਸੀ। ਅਸੀਂ ਅਕੈਡਮੀ ਚੱਲੇ ਸੀ, ਪਹਿਲਾਂ ਬਹੁਤ ਜ਼ਿਆਦਾ ਗਰਮੀ ਪੈ ਰਹੀ ਸੀ, ਹੁਣ ਕੁਛ ਰਾਹਤ ਮਿਲੂਗੀ ਲੋਕਾਂ ਨੂੰ, ਬਾ ਹੀ ਹੋ ਗਈ 10-15 ਮਿੰਟ ਹੋ ਗਏ, ਗਰਮੀ ਤੋਂ ਰਾਹਤ ਮਿਲੂਗੀ, ਨਾਲੇ ਲੋਕਾਂ ਦੇ ਜਿਵੇਂ ਕਿਸਾਨਾਂ ਨੂੰ ਬਹੁਤ ਫਾਇਦਾ, ਝੋਨਾ ਵਧੀਆ ਚੱਲੂਗਾ।